ਹੈਗੇ ਅੱਜ ਪਰਨੇ ਅਕਾਲ ਪੁਰਖ ਦੇ? ਅਸੀਂ ਤਾਂ ਕਈ ਆਸਰੇ ਬਣਾ ਲੈ, ਅਸੀਂ ਤਾਂ ਕਈ ਆਪਣੇ ਪਰਨੇ ਬਣਾ ਲੈ। ਇੱਥੇ ਵੀ ਮੱਥਾ ਟੇਕ, ਉੱਥੇ ਵੀ ਮੱਥਾ ਟੇਕ, ਉੱਥੇ ਵੀ ਦੀਵਾ ਜਗਾ, ਉਹਦੇ ਵੀ ਪੈਰ ਘੁੱਟ। ਬਾਣੀਆਂ ਦੀ ਦੱਦਾ ਦਾਤਾ ਏਕ ਹੈ, ਅੱਗੇ ਬੋਲੋ ਸਭ ਕੋ ਦੇਵਣ ਹਾਰ ਦਿੰਦਾ, ਤੋਟ ਨਾ ਆਵੇ ਇਹ ਗਣਿਤ ਭਰੇ ਭੰਡਾਰ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਆਪ ਛੱਡ ਸਦਾਰੇ ਪਰਨੇ, ਗੁਰ ਬੈਨੋ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ। ਤੋ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਜੀਵਤ ਪਿੱਤਰ ਨਾ ਮਾਨੇ ਕੋ, ਜਿਉਂਦੇ ਜੀ ਆਪਣੇ ਬੱਚਿਆਂ ਬਜ਼ੁਰਗਾਂ ਦਾ ਸਤਿਕਾਰ ਕਰੋ, ਮੂਹੇ ਸ਼ਰਾਧ ਕਰਾਹੀ, ਜਦੋਂ ਮਰ ਜਾਂਦਾ ਫਿਰ ਸ਼ਰਾਧ ਕਰਾਏ ਜਾਂਦੇ ਆ, ਜਿਵੇਂ ਹਿੰਦੂਆਂ ਵਿੱਚ ਨਹੀਂ, ਜਦੋਂ ਪੁਰਾਣੀ ਚੜ੍ਹਾਈ ਕਰਦਾ ਉਹ ਫਿਰ ਖੀਰ ਖਵਾਉਂਦੇ ਆ, ਪੂੜੇ ਬਣਾਉਂਦੇ ਆ, ਉਹ ਪੰਡਿਤ ਸਾਧੇ ਆਪਣੇ ਘਰ ਹਵਨ ਕਰਾਉਂਦੇ ਆ, ਸਾਡੇ ਪੰਜ ਪਿਆਰੇ ਲੱਭਦੇ ਫਿਰਦੇ ਆ, ਉਹ ਪੰਜਾਂ ਪਿਆਰਿਆਂ ਨੂੰ ਛਕਾਉਂਦੇ ਆ ਜੀ। ਉਹਨਾਂ ਦੇ ਦਿਮਾਗ 'ਚ ਆ ਵੀ ਇਹਨਾਂ ਪੰਜਾਂ ਨੂੰ ਛਕਾਇਆ, ਸਾਡੇ ਜਿਹੜਾ ਪੁਰਾਣੀ ਚੜ੍ਹਾਈ ਕਰ ਚੁੱਕਾ ਉਹਨੂੰ ਪਹੁੰਚਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਇਹ ਕੋਈ ਡਾਕਖਾਨਾ ਵੀ ਇੱਥੇ ਤੁਸੀਂ ਚਿੱਠੀ ਪਾਓਗੇ ਤੇ ਨਿਕਲੇਗੀ ਕਿਤੇ ਜਾ ਕੇ ਹੋਰ ਹੈ? ਨਾ ਭਾਈ, ਇਹ ਨਹੀਂ ਹੈ, ਇੱਥੇ ਜਿਉਂਦੇ ਜੀ ਸੇਵਾ ਕਰਨੀ ਪੈਣੀ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਮੂਹੇ ਸ਼ਰਾਧ ਕਰਾਹੀ ਪਿੱਤਰ ਵੀ ਬਪੁਰੇ ਕਹੋ ਕਿਉਂ ਪਾਵੇਂ ਕਊਆ ਕੂਕਰ ਖਾਹੀ। ਕਹਿੰਦੇ ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਦੇ ਜਗ ਬਿਨਸੈ ਕੁਸ਼ਲ ਵੀ ਕੈਸੇ ਹੋਈ। ਕਰਦੇ ਲੋਕ ਖੁਸ਼ੀ ਵਾਸਤੇ ਹੀ ਆ, ਜਦੋਂ ਕੋਈ ਸ਼ਰਾਧ ਕਰਦਾ ਨਾ ਪਤਾ ਕਦੇ ਨਹੀਂ ਕਰਦਾ, ਜੇ ਨਾ ਰੋਟੀ ਖਵਾਈ ਕਿਤੇ ਸਾਡਾ ਵੱਡਾ ਤੰਗ ਨਾ ਕਰੇ ਸਾਨੂੰ ਆਣ ਕੇ, ਕਿਉਂ ਜੀ ਡਰੇ ਹੋ ਬੈਠਾ ਹੁੰਦਾ ਨਾ ਵੀ ਜੇ ਨਾ ਕਰਾਇਆ ਉਹਦੀ ਜ਼ਮੀਨ ਸਾਂਭ ਲਈ ਆ ਕਿਤੇ ਅੱਧੀ ਰਾਤ ਸੰਗਤ 'ਚ ਅੰਗੂਠੇ ਨਾ ਦੇਵੇ, ਉਹ ਤਾਂ ਵਿਚਾਰਾ ਜਿਉਂਦੇ ਨਹੀਂ ਸੀ ਅੰਗੂਠਾ ਦੇਣ ਜੋਗਾ, ਹੁਣ ਤੁਹਾਡੇ ਗੱਲ 'ਚ ਅੰਗੂਠਾ ਕਿੱਥੋਂ ਦੇਣਾ ਸੀ? ਪਰ ਅਸੀਂ ਡਰੀ ਗਏ, ਗੱਲ ਫਿਰ ਉਹ ਸੀ ਅਸੀਂ ਜਿਉਂਦਿਆਂ ਤੋਂ ਡਰਦੇ ਨਹੀਂ ਆ ਅਤੇ ਚੜ੍ਹਾਈ ਕਰਨ ਤੋਂ ਬਾਅਦ ਅਸੀਂ ਬੰਦਿਆਂ ਤੋਂ ਡਰੀ ਜਾਂਦੇ ਹਾਂ। ਇਹ ਵਹਿਮ ਭਰਮ 'ਚੋਂ ਸਾਨੂੰ ਬਾਣੀ ਕੱਢਦੀ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਹਿਮਾਂ 'ਚੋਂ ਬਾਹਰ ਕੱਢਿਆ, ਭਰਮਾਂ 'ਚੋਂ ਬਾਹਰ ਕੱਢਿਆ, ਸਮਝਾਇਆ ਸਾਨੂੰ। ਜਿਉਂਦੇ ਜੀ ਪਰਿਵਾਰ 'ਚ ਬਹੁ, ਅੱਜ ਹਾਸਾ ਖੇਡਾਂ ਸਾਡਿਆਂ ਪਰਿਵਾਰਾਂ 'ਚੋਂ ਮੁੱਕ ਗਿਆ, ਪਰਿਵਾਰ ਛੋਟੇ ਹੋ ਗਏ। ਪਹਿਲਾਂ ਪਰਿਵਾਰ ਵੱਡੇ ਹੁੰਦੇ ਸੀ। ਡਿਪਰੈਸ਼ਨ ਨਾਂ ਦੀ ਬਿਮਾਰੀ ਕਦੀ ਬਜ਼ੁਰਗਾਂ ਸੁਣੀ ਪੁਰਾਣੇ ਸਮੇਂ 'ਚ? ਇਹ ਬੀ ਪੀ ਵੱਧਦਾ ਹੈ, ਬੀ ਪੀ ਘੱਟਦਾ ਹੈ, ਇਹਦਾ ਕੈਸਟਰੋਲ ਹੈ, ਇਹਨੂੰ ਫਲਾਣਾ, ਇਹ ਕਿਉਂ ਹੋ ਰਿਹਾ ਭਲਾ ਕਦੀ ਸੋਚਿਆ? ਕਿਉਂਕਿ ਪਰਿਵਾਰ ਛੋਟੇ ਹੋ ਗਏ, ਨਿੱਕੇ ਨਿੱਕੇ ਪਰਿਵਾਰ ਹੈ, ਇੱਕ ਇੱਕ ਦੋ ਦੋ ਕਮਰੇ ਆ, ਬੰਦਾ ਛੱਤ ਵੱਲ ਵੇਖੀ ਜਾਂਦਾ ਹੈ, ਡਿਪਰੈਸ਼ਨ ਦਾ ਸ਼ਿਕਾਰ ਹੈ ਕਿਉਂਕਿ ਇਕੱਲਾ ਪੈ ਗਿਆ। ਜਿਹੜਾ ਬੰਦਾ ਆਪਣੇ ਆਪ ਨੂੰ ਬਿਜ਼ੀ ਰੱਖਦਾ, ਮੱਝਾਂ 'ਚ ਜਾਂਦਾ, ਖੇਤਾਂ 'ਚ ਤੁਰਿਆ ਫਿਰਦਾ, ਕੰਮ ਕਾਰ ਕਰਦਾ, ਕਿੱਥੋਂ ਡਿਪਰੈਸ਼ਨ ਆ ਜੂ? ਪੁਰਾਣੇ ਬਜ਼ੁਰਗ ਜਦੋਂ ਮੱਝਾਂ ਗਾਵਾਂ ਨਾਲ ਵੀ ਗੱਲਾਂ ਕਰਦੇ ਸੀ, ਬਜ਼ੁਰਗਾਂ ਦੇ ਹੁੰਦੇ ਸੀ, ਫਸਲ ਦੇ ਵਿੱਚ ਤੁਰੋ ਅਤੇ ਫਸਲ ਵੱਧ ਹੀ ਉਹਨੂੰ ਲੱਗਦਾ ਵੀ ਅੱਜ ਮੇਰਾ ਮਾਲਕ ਵਿੱਚ ਘੁੰਮਦਾ ਹੈ। ਜੇ ਮੱਝਾਂ ਗਾਵਾਂ ਰੱਖ ਕੇ ਕਦੀ ਉਹਦੇ 'ਤੇ ਹੱਥ ਹੀ ਨਹੀਂ ਫੇਰਨਾ, ਕਦੀ ਉਹਦੇ ਸਿੰਗਾਂ ਨੂੰ ਤੇਲ ਹੀ ਨਹੀਂ ਲਾਉਣਾ, ਕਦੀ ਉਹਦੇ ਸਿਰ 'ਚ ਪਾਣੀ ਨਹੀਂ ਪਾਉਣਾ, ਤਾਂ ਦੱਸਿਓ ਭਲਾ ਜੀ ਦੁੱਧ ਦੇਣ ਲੱਗਿਆਂ ਬਾਲਟੀ ਲੈ ਕੇ ਆਓਗੇ ਦੁੱਧ ਦਿਓ? ਉਹ ਵੀ ਖੁਸ਼ ਹੁੰਦੀ ਆ, ਕਹਿੰਦੀ ਇਹਨੇ ਮੈਨੂੰ ਨਵਾਇਆ, ਇਹਨੇ ਮੈਨੂੰ ਪੱਠੇ ਪਾਏ ਆ। ਉਹ ਫਿਰ ਤੁਹਾਨੂੰ ਰਜਾਉਂਦੀ ਆ ਮੱਝ ਗਾਂ ਵੀ। ਅੱਜ ਅਸੀਂ ਗਲਤ ਬਣੇ, ਅਸੀਂ ਮੱਝਾਂ ਗਾਵਾਂ ਘਰ ਲਿਆ ਕੇ ਅਤੇ ਸ਼ੇਖ ਪੱਤੇ ਖੀਰਾਂ ਲੈ ਕੇ ਤੁਰ ਪਏ, ਮੱਝ ਨੂੰ ਫੇਰ ਹੀ ਪੱਠੇ ਪਾਏ।